यूनाइटेड अकाली दल हरिके डैम पर मानव चेन बनाकर पंजाब का पानी जो हरियाणा और राजस्थान में जा रहा है उसके खिलाफ 4 अगस्त को मोर्चा निकालेगा। मीडिया के सामने अपनी बात रखते हुए यूनाइटेड अकाली दल के सदस्यों ने कहा कि पंजाब का पानी हरियाणा और राजस्थान में मुफ्त में जा रहा है, इसे बंद कर दिया जाए और अब तक जितना पानी उनके राज्य में जा चुका है उसका मुआवजा पंजाब सरकार को दिया जाए। इस दौरान उन्होंने कहा कि एक जानकारी के मुताबिक पंजाब अब तक 16 लाख करोड़ की कीमत का पानी राजस्थान को दे चुका है। यूनाइटेड अकाली दल हर साल 4 अगस्त 1982 ਨੂੰ ਲੱਗੇ ਹੋਏ ਮੋਰਚੇ ਦੇ ਸੰਬੰਧ ਵਿੱਚ ਪ੍ਰੋਗਰਾਮ ਦਿੰਦਾ। ਇਸ ਸਾਲ ਅਸੀਂ ਬੰਗਾਲੀ ਵਾਲਾ ਪੁਲ ਹਰੀਕੇ ਹੈੱਡਵਰਕਸ ਦੇ ਪਾਸ ਉੱਥੇ ਮਨੁੱਖੀ ਘੜੀ ਬਣਾ ਕੇ ਇਸ ਜਾ ਰਹੇ ਮੁਫਤ ਵਿੱਚ ਪਾਣੀ ਦਾ ਵਿਰੋਧ ਕਰਾਂਗੇ ਅਤੇ ਪੰਜਾਬੀਆਂ ਨੂੰ ਸੁਚੇਤ ਕਰਾਂਗੇ ਅਤੇ ਸਰਕਾਰਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਪੰਜਾਬ ਦਾ ਪਾਣੀ ਜਿਹੜਾ ਉਹ ਪੰਜਾਬ 'ਚ ਰਹੇ, ਪੰਜਾਬ ਤੋਂ ਬਾਹਰ ਨਾ ਜਾਵੇ। ਜਿਹੜਾ ਪਿੱਛੇ ਗਿਆ ਉਹਦਾ ਮੁਆਵਜ਼ਾ ਜਿਹੜਾ ਉਹ ਰਾਜਸਥਾਨ ਸਰਕਾਰ ਜਿਹੜੀ ਹੈ ਉਹ ਤੁਰੰਤ ਅਤੇ ਦਿੱਲੀ ਨੂੰ ਜਿਹੜਾ ਪਾਣੀ ਜਾ ਰਿਹਾ ਉਹਦਾ ਤੁਰੰਤ ਮੁਆਵਜ਼ਾ ਜਿਹੜਾ ਹੈ ਉਹ ਪੰਜਾਬ ਨੂੰ ਦਿੱਤਾ ਜਾਵੇ। ਔਰ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਕਹਾਂਗੇ ਕਿ ਇਸ ਵੱਲ ਨਹਿਰ ਜਿਹੜੀ SOEL ਇਹਦੇ ਵਿੱਚ ਥੱਲੇ ਕੁਰਸੀਆਂ ਡਾਹ ਕੇ ਆ ਜਿਹੜਾ ਸਮਾਗਮ ਅੱਗੇ ਆਉਣਾ ਹੈ ਮੌਨਸੂਨ ਸੈਸ਼ਨ ਉਹ ਉਸ ਨਹਿਰ ਦੇ ਵਿੱਚ ਕਰੇ ਔਰ ਅਸੈਂਬਲੀ ਦਾ ਤਿਆਗ ਕਰੇ। ਉੱਥੇ ਉਹ ਜਿਹੜੇ AC ਨੇ ਉਹਨਾਂ ਨੂੰ ਛੱਡਣ ਅਤੇ ਪੰਜਾਬ ਦੇ ਸਮੁੱਚੇ MLA ਚਾਹੇ ਉਹ ਸਰਕਾਰ ਵਿੱਚ ਨੇ ਜਾਂ ਵਿਰੋਧੀ ਹੈ ਉਹ ਸਾਰੇ ਦੇ ਸਾਰੇ ਜਿਹੜੇ ਆ ਉਸ ਨਹਿਰ ਦੇ ਵਿੱਚ ਬਹਿ ਕੇ ਆਪਣੀ ਅਸੈਂਬਲੀ ਲਾਉਣ।